ਸੂਬੇ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਬਾਵਜੂਦ ਪੂਰੇ ਸੂਬੇ ਦੇ ਵਿੱਚ ਝੋਨੇ ਦਾ ਇੱਕ ਦਾਣਾ ਨਹੀਂ ਖਰੀਦਿਆ ਗਿਆ, ਕਿਉਂਕਿ ਸੂਬੇ ਭਰ ਦੇ ਵਿੱਚ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਹੈ। ਸੂਬੇ ਭਰ ਦੀਆਂ ਅਨਾਜ ਮੰਡੀਆਂ ਸੁੰਨਸਾਨ ਪਈਆਂ ਨੇ। ਆੜ੍ਹਤੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀ ਕਮਿਸ਼ਨ 2.5% ਵਧਾਈ ਨਹੀਂ ਜਾਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਨ੍ਹਾਂ ਨੂੰ ਪੂਰਾ ਕਰਵਾਉਣ ਦੇ ਲਈ ਉਹ ਹੜਤਾਲ ਕਰ ਰਹੇ ਨੇ। ਦੇਖੋ ਜੀ, ਅਸੀਂ ਤਾਂ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਦੇ ਦਿੱਤੀ ਸੀਗੀ। ਸਾਡੀ 20 ਭਾਈ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਅਸੀਂ ਕਹਿ ਦਿੱਤਾ ਸੀਗਾ ਕਿ ਸਾਨੂੰ ਸਾਡੀਆਂ ਜਾਇਜ਼ ਮੰਗਾਂ ਸਾਡੀਆਂ ਪੂਰੀਆਂ ਕੀਤੀਆਂ ਜਾਣ। 1 ਮਹੀਨਾ ਹੋ ਗਿਆ, ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਔਰ ਹੱਕ, ਅਸੀਂ ਕੋਈ ਹੜਤਾਲ 'ਤੇ ਬੰਦਾ ਜਾਣਾ ਨਹੀਂ ਚਾਹੁੰਦਾ। ਸਾਡੀ ਵੀ ਰੋਜ਼ੀ ਰੋਟੀ ਦਾ ਕੰਮ ਆ। ਆ ਮੰਡੀਆਂ 'ਚ ਅਸੀਂ ਵੀ 6 ਮਹੀਨੇ ਤੋਂ ਬਾਅਦ ਫਸਲਾਂ ਦੇਖਦੇ ਹਾਂ ਕਿ ਆ ਵੀ ਮੰਡੀ 'ਚ ਝੋਨਾ ਆਊਗਾ ਅਤੇ ਅਸੀਂ ਵੀ ਸਾਡੀ ਵੀ ਕੋਈ ਹੜ ਦਾਮੀ ਬਣੂਗੀ। ਕਾਰਨ ਅਜੇ ਤੱਕ ਸਾਡੇ ਜਿਹੜੀ 1 ਅੱਧੀ ਮੀਟਿੰਗ ਹੋਈ ਆ ਉਹ ਬੇਸਿੱਟਾ ਰਹੀ ਆ, ਜਿਹੜੀ ਸਾਡੀ ਪੰਜਾਬ ਪ੍ਰਧਾਨ ਨਾਲ ਹੋਈ ਆ ਉਹ ਬੇਸਿੱਟਾ ਰਹੀ ਆ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਪਹੁੰਚਾਂ ਤਾਂ ਲੰਬੀ ਖਿੱਚਣੀ, ਸਾਡੀਆਂ ਜਾਇਜ਼ ਮੰਗਾਂ ਵਾ ਮੰਨ ਲਿੱਤੀਆਂ ਜਾਣ। 190 ਕਰੋੜ ਰੁਪਏ ਦੀ ਸਿਰਫ ਸਾਡੀ ਦਾਮੀ ਦਾ ਫਰਕ ਆ, 50 ਕਰੋੜ ਰੁਪਇਆ ਸਾਡਾ EPF ਦਾ ਵਾ। ਕੋਈ ਜ਼ਿਆਦੀਆਂ ਮੋਟੀਆਂ ਸਾਡੀਆਂ ਮੰਗਾਂ ਨਹੀਂ ਹੈਗੀਆਂ। ਲੇਬਰ ਤਾਂ ਹੈਗਾ ਜੀ, ਲੇਬਰ ਦੀ ਜਿਹੜੀ ਲੇਬਰ ਆ ਉਹ ਜਿਹੜੀ ਹਰਿਆਣੇ ਦੇ ਬਰਾਬਰ ਕਰ ਦੇਣ ਜਾਂ 25% ਵਧਾ ਦੇਣ ਕੁਛ ਇੱਥੇ ਕਰਨ ਤੋਂ, ਉਹਦੇ ਨਾਲ ਹੀ ਸਾਡੇ ਲੇਬਰ ਵਿਚਾਰੀ ਬਹੁਤ ਦੁਖੀ ਆ, ਮਹਿੰਗਾਈ ਬਹੁਤ ਜ਼ਿਆਦਾ ਆ। ਆੜ੍ਹਤੀਆਂ ਦੇ ਨਾਲ ਨਾਲ ਰਾਈਸ ਮਿਲਰਸ ਐਸੋਸੀਏਸ਼ਨ ਅਤੇ ਮਜ਼ਦੂਰ ਵੀ ਹੜਤਾਲ ਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਉਹਨਾਂ ਦੇ ਕਾਰੋਬਾਰ ਤਬਾਹ ਹੋ ਗਏ ਨੇ, ਜਦੋਂ ਕਿ ਇਹਨਾਂ ਹੜਤਾਲਾਂ ਕਰਕੇ ਕਿਸਾਨ ਪਰੇਸ਼ਾਨ ਹੋ ਰਹੇ ਨੇ। ਦਿੱਕਤ ਦਾ ਜੀ, ਫਸਲਾਂ ਗਿਰੀਆਂ ਪਈਆਂ, ਹੁਣ ਫਸਲ ਮੰਡੀ ਦੇ ਵਿੱਚ ਖੜੀ ਆਈ ਪਈ ਹੈ, ਇਹਨਾਂ ਨੂੰ ਵੇਚਣੀ ਲੈਣੀ ਚਾਹੀਦੀ ਹੈ ਸਾਰਿਆਂ ਨੂੰ। ਮਤਲਬ ਖਰੀਦ ਹਜੇ ਸ਼ੁਰੂ ਨਹੀਂ ਹੋਈ? ਖਰੀਦ ਕੋਈ ਸ਼ੁਰੂ ਨਹੀਂ ਹਜੇ ਹੋਈ ਹੈ ਜੀ। ਹਾਂਜੀ ਹਾਂ, ਢੇਰ ਤਾਂ ਫਿਰ ਲੱਗੇ ਪਏ ਸੀ, ਮੰਡੀਆਂ ਧਾਨ ਵੱਢੇ ਪਏ ਆ, ਧੀਰੇ ਗਿਰਦੇ ਧਾਨ। ਹੁਣ ਦਿੱਕਤ ਆ ਜੀ ਪੂਰੀ, ਹੁਣ ਫਸਲਾਂ ਪੱਕੀਆਂ ਪਈਆਂ ਜੀ। ਝੋਨੇ ਦੀ ਫਸਲ ਲੈ ਕੇ ਆਏ ਆ ਜਾਂ ਇੱਥੇ ਆੜ੍ਹਤੀਆਂ ਦਾ ਰੀਗੜਾ ਪਿਆ ਹੋਇਆ, ਪਰੇਸ਼ਾਨੀ ਤਾਂ ਆਉਣੀ ਆਉਣੀ ਆ, ਅੱਜ ਤਾਂ ਜਾਂ ਕੁਛ ਪਰੇਸ਼ਾਨੀ ਨਹੀਂ ਹੈਗੀ, 2 ਦਿਨ ਤੋਂ ਬਾਅਦ ਤਾਂ ਇੰਨੀ ਪਰੇਸ਼ਾਨੀ ਹੋ ਜਾਣੀ ਹੈ। ਖੱਜਲ ਖੁਆਰੀ ਹੈ ਇਹ, ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੀਦਾ ਕਿ ਇਹਨਾਂ ਦੇ ਮਸਲੇ ਹੱਲ ਕਰੋ ਛੇਤੀ ਦੇ ਛੇਤੀ, ਜ਼ਿਮੀਦਾਰ ਨੂੰ ਕਿਉਂ ਪਰੇਸ਼ਾਨ ਕਰ ਰਹੇ ਆ। ਸੋ ਝੋਨੇ ਦਾ ਸੀਜ਼ਨ ਲਗਭਗ ਪੱਕ ਚੁੱਕਿਆ ਹੈ, ਜੇਕਰ ਇਹ ਹੜਤਾਲ ਜਾਰੀ ਰਹਿੰਦੀ ਹੈ ਤਾਂ ਇਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਮੁਸ਼ਕਲ ਵੀ ਵੱਧ ਸਕਦੀ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਸੂਬੇ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਬਾਵਜੂਦ ਪੂਰੇ ਸੂਬੇ ਦੇ ਵਿੱਚ ਝੋਨੇ ਦਾ ਇੱਕ ਦਾਣਾ ਨਹੀਂ ਖਰੀਦਿਆ ਗਿਆ, ਕਿਉਂਕਿ ਸੂਬੇ ਭਰ ਦੇ ਵਿੱਚ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਹੈ। ਸੂਬੇ ਭਰ ਦੀਆਂ ਅਨਾਜ ਮੰਡੀਆਂ ਸੁੰਨਸਾਨ ਪਈਆਂ ਨੇ। ਆੜ੍ਹਤੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀ ਕਮਿਸ਼ਨ 2.5% ਵਧਾਈ ਨਹੀਂ ਜਾਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਨ੍ਹਾਂ ਨੂੰ ਪੂਰਾ ਕਰਵਾਉਣ ਦੇ ਲਈ ਉਹ ਹੜਤਾਲ ਕਰ ਰਹੇ ਨੇ। ਦੇਖੋ ਜੀ, ਅਸੀਂ ਤਾਂ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਦੇ ਦਿੱਤੀ ਸੀਗੀ। ਸਾਡੀ 20 ਭਾਈ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਅਸੀਂ ਕਹਿ ਦਿੱਤਾ ਸੀਗਾ ਕਿ ਸਾਨੂੰ ਸਾਡੀਆਂ ਜਾਇਜ਼ ਮੰਗਾਂ ਸਾਡੀਆਂ ਪੂਰੀਆਂ ਕੀਤੀਆਂ ਜਾਣ। 1 ਮਹੀਨਾ ਹੋ ਗਿਆ, ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਔਰ ਹੱਕ, ਅਸੀਂ ਕੋਈ ਹੜਤਾਲ 'ਤੇ ਬੰਦਾ ਜਾਣਾ ਨਹੀਂ ਚਾਹੁੰਦਾ। ਸਾਡੀ ਵੀ ਰੋਜ਼ੀ ਰੋਟੀ ਦਾ ਕੰਮ ਆ। ਆ ਮੰਡੀਆਂ 'ਚ ਅਸੀਂ ਵੀ 6 ਮਹੀਨੇ ਤੋਂ ਬਾਅਦ ਫਸਲਾਂ ਦੇਖਦੇ ਹਾਂ ਕਿ ਆ ਵੀ ਮੰਡੀ 'ਚ ਝੋਨਾ ਆਊਗਾ ਅਤੇ ਅਸੀਂ ਵੀ ਸਾਡੀ ਵੀ ਕੋਈ ਹੜ ਦਾਮੀ ਬਣੂਗੀ। ਕਾਰਨ ਅਜੇ ਤੱਕ ਸਾਡੇ ਜਿਹੜੀ 1 ਅੱਧੀ ਮੀਟਿੰਗ ਹੋਈ ਆ ਉਹ ਬੇਸਿੱਟਾ ਰਹੀ ਆ, ਜਿਹੜੀ ਸਾਡੀ ਪੰਜਾਬ ਪ੍ਰਧਾਨ ਨਾਲ ਹੋਈ ਆ ਉਹ ਬੇਸਿੱਟਾ ਰਹੀ ਆ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਪਹੁੰਚਾਂ ਤਾਂ ਲੰਬੀ ਖਿੱਚਣੀ, ਸਾਡੀਆਂ ਜਾਇਜ਼ ਮੰਗਾਂ ਵਾ ਮੰਨ ਲਿੱਤੀਆਂ ਜਾਣ। 190 ਕਰੋੜ ਰੁਪਏ ਦੀ ਸਿਰਫ ਸਾਡੀ ਦਾਮੀ ਦਾ ਫਰਕ ਆ, 50 ਕਰੋੜ ਰੁਪਇਆ ਸਾਡਾ EPF ਦਾ ਵਾ। ਕੋਈ ਜ਼ਿਆਦੀਆਂ ਮੋਟੀਆਂ ਸਾਡੀਆਂ ਮੰਗਾਂ ਨਹੀਂ ਹੈਗੀਆਂ। ਲੇਬਰ ਤਾਂ ਹੈਗਾ ਜੀ, ਲੇਬਰ ਦੀ ਜਿਹੜੀ ਲੇਬਰ ਆ ਉਹ ਜਿਹੜੀ ਹਰਿਆਣੇ ਦੇ ਬਰਾਬਰ ਕਰ ਦੇਣ ਜਾਂ 25% ਵਧਾ ਦੇਣ
ਕੁਛ ਤੇ ਕਰਨ ਤੇ ਉਹਦੇ ਨਾਲ ਹੀ ਆ। ਸਾਡੇ ਲੇਬਰ ਵੀ ਵਿਚਾਰੀ ਬਹੁਤ ਦੁਖੀ ਆ, ਮਹਿੰਗਾਈ ਬਹੁਤ ਜ਼ਿਆਦਾ ਆ। ਆੜ੍ਹਤੀਆਂ ਦੇ ਨਾਲ ਨਾਲ ਰਾਈਸ ਮਿਲਰਸ ਐਸੋਸੀਏਸ਼ਨ ਅਤੇ ਮਜ਼ਦੂਰ ਵੀ ਹੜਤਾਲ ਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਉਹਨਾਂ ਦੇ ਕਾਰੋਬਾਰ ਤਬਾਹ ਹੋ ਗਏ ਨੇ, ਜਦੋਂ ਕਿ ਇਹਨਾਂ ਹੜਤਾਲਾਂ ਕਰਕੇ ਕਿਸਾਨ ਪਰੇਸ਼ਾਨ ਹੋ ਰਹੇ ਨੇ। ਦਿੱਕਤ ਦਾ ਜੀ, ਫਸਲਾਂ ਗਿਰੀਆਂ ਪਈਆਂ, ਹੁਣ ਫਸਲ ਮੰਡੀ ਦੇ ਵਿੱਚ ਖੜੀ ਆਈ ਪਈ ਹੈ, ਇਹਨਾਂ ਨੂੰ ਵੇਚਣੀ ਲੈਣੀ ਚਾਹੀਦੀ ਹੈ ਸਾਰਿਆਂ ਨੂੰ। ਮਤਲਬ ਖਰੀਦ ਹਜੇ ਸ਼ੁਰੂ ਨਹੀਂ ਹੋਈ? ਖਰੀਦ ਕੋਈ ਸ਼ੁਰੂ ਨਹੀਂ ਹਜੇ ਹੋਈ ਹੈ ਜੀ। ਹਾਂਜੀ ਹਾਂ, ਢੇਰ ਤਾਂ ਫਿਰ ਲੱਗੇ ਪਏ ਸੀ, ਮੰਡੀਆਂ ਧਾਨ ਵੱਢੇ ਪਏ ਆ, ਧੀਰੇ ਗਿਰਦੇ ਧਾਨ, ਹੁਣ ਦਿੱਕਤ ਆ ਜੀ ਪੂਰੀ, ਹੁਣ ਫਸਲਾਂ ਪੱਕੀਆਂ ਪਈਆਂ ਜੀ। ਝੋਨੇ ਦੀ ਫਸਲ ਲੈ ਕੇ ਆਏ ਆ ਜਾਂ ਇੱਥੇ ਆੜ੍ਹਤੀਆਂ ਦਾ ਰੇਗੜਾ ਪਿਆ ਹੋਇਆ, ਪਰੇਸ਼ਾਨੀ ਤਾਂ ਆਉਣੀ ਆਉਣੀ, ਅੱਜ ਤਾਂ ਜਾਂ ਕੁਛ ਪਰੇਸ਼ਾਨੀ ਨਹੀਂ ਹੈਗੀ, ਦੋ ਦਿਨ ਤੋਂ ਬਾਅਦ ਤਾਂ ਇੰਨੀ ਪਰੇਸ਼ਾਨੀ ਹੋ ਜਾਣੀ ਹੈ। ਖੱਜਲ ਖੁਆਰੀ ਹੈ ਇਹ, ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੀਦਾ ਕਿ ਇਹਨਾਂ ਦੇ ਮਸਲੇ ਹੱਲ ਕਰੋ ਛੇਤੀ ਤੋਂ ਛੇਤੀ, ਜ਼ਿਮੀਦਾਰ ਨੂੰ ਕਿਉਂ ਪਰੇਸ਼ਾਨ ਕਰ ਰਹੇ ਆ। ਸੋ ਝੋਨੇ ਦਾ ਸੀਜ਼ਨ ਲਗਭਗ ਪੱਕ ਚੁੱਕਿਆ ਹੈ, ਜੇਕਰ ਇਹ ਹੜਤਾਲ ਜਾਰੀ ਰਹਿੰਦੀ ਹੈ ਤਾਂ ਇਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਮੁਸ਼ਕਲ ਵੀ ਵੱਧ ਸਕਦੀ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।